ਤੇ ਜਿਵੇਂ ਇਸ ਨੂੰ ਰੋਕ ਲਿਆ ਜਾਂਦਾ ਧੁੱਪ ਨੂੰ ਤਾਂ ਰੁਕ ਜਾਂਦਾ, ਪਰ ਜਿਵੇਂ ਇਸ ਨੂੰ ਧੁੱਪ ਆਣ ਦਿੱਤੀ ਜਾਂਦੀ ਹੈ ਚੱਲ ਪੈਂਦਾ। ਇਸ ਤਰ੍ਹਾਂ ਹੀ ਸੂਰਜ ਨਾਲ ਚੱਲਣ ਵਾਲੇ ਯੰਤਰ ਹੈ ਇਹ, ਹੁਣ ਇਹ ਬਿਜਲੀ ਨਾਲ ਨਹੀਂ ਚੱਲ ਰਿਹਾ, ਸੂਰਜ ਦੀਆਂ ਰੋਸ਼ਨੀ ਨੂੰ ਬਿਜਲੀ 'ਚ ਬਦਲਿਆ ਜਾ ਰਿਹਾ ਅਤੇ ਮੋਟਰ ਚੱਲ ਰਹੀ ਹੈ। ਮੋਟਰ ਜਿਹੜੀ ਉਹ ਧਰਤੀ 'ਚੋਂ ਪਾਣੀ ਕੱਢ ਰਹੀ ਹੈ। ਆਹ ਦੇਖੋ ਆਹ ਪੱਖਾ ਵੀ ਇਸੇ ਸਿਧਾਂਤ 'ਚ ਕੰਮ ਕਰ ਰਿਹਾ, ਆਹ ਬੱਲਬ ਵੀ ਇਸੇ ਸਿਧਾਂਤ 'ਤੇ ਕੰਮ ਕਰ ਰਿਹਾ, ਆਹ ਛੋਟੀ ਜਿਹੀ ਇੱਕ ਕਾਰ ਹੈ ਸਾਡੇ ਕੋਲ ਇਹ ਵੀ ਇਸੇ, ਉਦੋਂ ਭੱਜ ਗਈ ਜੀ ਭੱਜ ਗਈ, ਉਹ ਦੇਖੋ ਦੇਖੋ ਹਾਂ ਛਾਂ ਆ ਗਈ, ਉਹ ਜਿੱਥੇ ਛਾਂ ਆ ਜਾਂਦੀ ਆ ਉੱਥੇ ਰੁਕ ਜਾਣਾ ਉਹਨੇ, ਉਹ ਦੇਖੋ ਜੀ। ਤਾਂ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਆਹ ਬੜੀ ਇੱਕ ਮੋਟਰ ਦਾ ਕੰਮ ਕੀ ਹੈ ਜੀ, ਜਿਹੜੀ ਇਲੈਕਟ੍ਰੀਕਲ ਐਨਰਜੀ ਆ ਉਸਨੂੰ ਮਕੈਨੀਕਲ 'ਚ ਕਨਵਰਟ ਕਰਦੀ ਹੈ। ਮਤਲਬ ਇੱਕ ਸੈੱਲ ਦੇ ਨਾਲ ਇਹ ਪੱਖਾ ਲੱਗਿਆ ਹੋਇਆ, ਹੁਣ ਇਸ ਨੂੰ ਅਸੀਂ ਬਿਜਲੀ ਦੇਣੀ ਹੈ ਅਤੇ ਮੋਟਰ ਚੱਲਣੀ ਚਾਹੀਦੀ ਹੈ ਸਾਡੀ, ਆਪਾਂ ਦੇਖ ਲੈਂਦੇ ਹਾਂ ਵੀ ਚੱਲਦੀ ਹੈ ਕਿ ਨਹੀਂ ਚੱਲਦੀ। ਆਹ ਲਓ ਜੀ ਇਹ ਆਹ ਦੇਖੋ, ਜਿਵੇਂ ਇਸ ਨੂੰ ਅਸੀਂ ਬਿਜਲੀ ਦਿੱਤੀ ਅਤੇ ਉਹ ਪੱਖਾ ਜਿਹੜਾ ਉਹ ਚੱਲਣ ਲੱਗਿਆ, ਦੇਖ ਰਹੇ ਹੋ ਜੀ। ਇਹ ਇਸ ਸਿਧਾਂਤ 'ਤੇ ਸਾਡੇ ਪੱਖੇ ਆ ਜਿਹੜੇ ਉਹ ਚੱਲਦੇ ਆ। ਇਹ ਸਰ ਦੇ ਤਜ਼ਰਬੇ ਨੇ ਸਰ। ਇੱਕ ਬੜੀ ਖਾਸ ਗੱਲ ਆ ਵਹਿਮਾਂ ਭਰਮਾਂ 'ਤੇ ਹੁਣ ਥੋੜ੍ਹਾ ਜਿਹਾ ਜੀ ਆਪਾਂ, ਕਿ ਇੱਕ ਨਾ ਬਹੁਤ ਆਮ ਗੱਲ ਹੁੰਦੀ ਹੈ ਕਿ ਬਾਬਾ ਆਉਂਦੇ ਹੈ ਕਈ, ਅਤੇ ਉਹ ਬਾਬੇ ਆ ਕੇ ਕਹਿੰਦੇ ਹੈ ਕਿ ਅਸੀਂ ਤੁਹਾਡੇ ਘਰ 'ਚ ਜਿਹੜਾ ਕੀਤਾ ਕਰਾਇਆ ਹੋਇਆ ਨਾ ਉਹ ਦੱਸਾਂਗੇ। ਉਹਨਾਂ ਉਹ ਇੱਕ ਅਲਮੀਨੀਅਮ ਦਾ ਬਰਤਨ ਮੰਗਾਉਂਦੇ ਆ, ਲੀਟਰ ਮੰਗਾਉਂਦੇ ਜਿਹਦੇ 'ਚ ਦੁੱਧ ਮਿਣਦੇ ਹੁੰਦੇ ਆ, ਅਤੇ ਉਹ ਲੀਟਰ ਮੰਗਾ ਕੇ ਉਹਨੂੰ ਹੱਥ ਨਾਲ ਮਸਲਦੇ ਥੋੜ੍ਹਾ ਜਿਹਾ, ਅਤੇ ਕਹਿੰਦੇ ਜੇਕਰ ਇਹਦੇ ਵਿੱਚ ਰਾਖ ਆ ਗਈ ਤਾਂ ਤੁਹਾਡੇ ਘਰ ਦੇ ਵਿੱਚ ਕੀਤਾ ਕਰਾਇਆ ਹੈਗਾ, ਜੇ ਇਹਦੇ ਵਿੱਚ ਰਾਖ ਨਾ ਆਈ ਤਾਂ ਤੁਹਾਡਾ ਘਰ ਬਹੁਤ ਖੁਸ਼ਹਾਲ ਹੈ ਅਤੇ ਕੀਤਾ ਕਰਾਇਆ ਹੈ ਨਹੀਂ। ਅਤੇ 101% ਇਹ ਹੋਇਆ ਕਿ ਉਹ ਲੀਟਰ ਦੇ ਵਿੱਚ ਰਾਖ ਆਈ ਓ ਆਈ ਹੈ, ਕਦੇ ਨੈਗੇਟਿਵ ਹੋਈ ਨਹੀਂ। ਇਹਦਾ ਕੀ ਕਾਰਨ ਹੈ, ਇਹਦੇ ਪਿੱਛੇ ਵੀ ਕੋਈ ਸਾਇੰਸ ਕੰਮ ਕਰਦੀ? ਸਾਰੀ ਸਾਇੰਸ ਹੈ ਜੀ, ਉਹ ਕੋਈ ਬਾਬਾ ਨਹੀਂ ਹੈ, ਕੋਈ ਪਖੰਡੀ ਨਹੀਂ ਹੈ ਜਿਹੜਾ ਕਹਿੰਦਾ ਮੇਰੇ ਕੋਲ ਲਿਆਓ ਉਹਨੂੰ। ਮੈਂ ਤੁਹਾਨੂੰ ਦੱਸਦਾ ਵੀ ਇਹ ਸਾਰਾ ਵਿਗਿਆਨ ਹੈ ਜਿਹੜਾ ਇਹ ਤਰਕ ਆਧਾਰਿਤ ਹੈ। ਜੇ ਤਰਕ ਆਉਂਦੀ ਹੈ ਤਰਕ ਗਿਆਨ ਦੇ ਨਾਲ ਆਊਗੀ, ਔਰ ਗਿਆਨ ਤੋਂ ਬਿਨਾਂ ਹੀ ਕਹਿ ਦੇਣਾ ਵੀ ਆਹ ਗੱਲ ਐਂ ਹੁੰਦੀ ਹੈ ਨਹੀਂ ਮੰਨੀ ਜਾ ਸਕਦੀ, ਪਰ ਉਸਨੂੰ ਜੇ ਕੋਈ ਸਿੱਧ ਕਰਕੇ ਦਿਖਾਉਂਦਾ ਤਾਂ ਮੰਨੀ ਜਾ ਸਕਦੀ ਹੈ। ਹੁਣ ਸਾਡੇ ਇਸ ਰਸਾਇਣ ਵਿਗਿਆਨ ਦੇ ਵਿੱਚ ਇਹ ਲਿਖਿਆ ਹੋਇਆ ਵੀ ਜਿਹੜਾ ਅਲਮੀਨੀਅਮ ਇੱਕ ਧਾਤ ਹੈ, ਅਤੇ ਧਾਤਾਂ ਜਦੋਂ ਕਿਸੇ ਵੀ ਚੀਜ਼ ਦੇ ਨਾਲ ਕਿਰਿਆ ਕਰਦੀਆਂ, ਧਾਤਾਂ ਜਦੋਂ ਤੇਜ਼ਾਬਾਂ ਦੇ ਨਾਲ ਕਿਰਿਆ ਕਰਦੀਆਂ ਤਾਂ ਗੈਸ ਬਣਾ ਦਿੰਦੀਆਂ, ਜਦੋਂ ਧਾਤਾਂ ਕਿਸੇ ਹੋਰ ਚੀਜ਼ ਨਾਲ ਕਿਰਿਆ ਕਰਦੀਆਂ ਉਹੋ ਜਿਹਾ ਉਹਨਾਂ 'ਚ ਪ੍ਰੋਡਕਟ ਮਿਲਦਾ ਸਾਨੂੰ, ਇੱਕ ਰਿਐਕਟੈਂਟਸ ਹੁੰਦੇ ਆ, ਇੱਕ ਪ੍ਰੋਡਕਟ ਹੁੰਦੇ ਆ। ਤਾਂ ਹੁਣ ਐਲਮੀਨੀਅਮ ਹੈ ਜਦੋਂ ਸਲਫਰ ਦੇ ਨਾਲ ਐਲਮੀਨੀਅਮ ਸਲਫਾਈਡ ਬਣਾ ਦਿੰਦਾ, ਉਹਨਾਂ ਦੇ ਹੱਥ 'ਤੇ ਲੱਗਿਆ ਹੁੰਦਾ ਹੁੰਦੀ ਆ। ਹਾਂਜੀ, ਉਹ ਇੱਕ ਪਾਊਡਰ ਹੈ, ਉਹ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਉਹ ਪਾਊਡਰ ਹੈ। ਉਹ ਕੀ ਕਰਦੇ ਹੈ, ਉਸ ਪਾਊਡਰ ਨੂੰ ਇੱਕ ਚੁਟਕੀ ਜਿਹੀ ਮਾਤਰ ਉਹਦੇ ਵਿੱਚ ਸਿੱਟ ਲੈਂਦੇ ਆ ਐਲਮੀਨੀਅਮ ਦੇ ਨਾਲ, ਜਾਂ ਰਗੜ ਦਿਓ ਜਾਂ ਸਿੱਟ ਦਿਓ, ਤਾਂ ਉਹ ਜਿਹੜਾ ਪਾਊਡਰ ਹੈ ਜਦੋਂ ਹੀ ਐਲਮੀਨੀਅਮ ਦੇ ਨਾਲ ਉਹ ਘਿਸਰੂਗਾ ਤਾਂ ਉਹ ਕਾਲੇ ਰੰਗ ਦੀ ਸਵਾਹ ਪੈਦਾ ਕਰੂਗਾ। ਇਹ ਤੁਸੀਂ ਘਰੇ ਵੀ ਕਰਕੇ ਦੇਖ ਸਕਦੇ ਹੋ। ਇਹ ਤਾਂ ਚਲੋ ਸਲਫਰ ਦੀ ਗੱਲ ਕੀਤੀ ਹੈ ਮੈਂ ਤੁਹਾਡੇ ਨਾਲ, ਜਾਂ ਫਾਸਫੋਰਸ ਦੀ ਗੱਲ ਕੀਤੀ ਹੈ। ਇੱਕ ਆਮ ਜਿਹੜਾ ਬਰਤਨ ਮਾਂਜਣ ਵਾਲਾ ਸਾਡਾ ਵਿਮ ਪਾਊਡਰ ਹੁੰਦਾ, ਜੇ ਤੁਸੀਂ ਐਲਮੀਨੀਅਮ ਨੂੰ ਵਿਮ ਪਾਊਡਰ ਦੇ ਨਾਲ ਰਗੜੋਗੇ ਨਾ ਜੀ, ਤਾਂ ਉਹਦੇ 'ਚੋਂ ਕਾਲਸ ਨਿਕਲੂਗੀ, ਤਾਂ ਉਹ ਕਾਲਸ ਹੈ ਜਿਹੜੀ ਉਹ ਸਵਾਹ ਦਾ ਰੂਪ ਹੁੰਦੀ ਹੈ। ਇਹ ਤੁਹਾਨੂੰ ਮੈਂ ਹੁਣ ਪ੍ਰਯੋਗ ਇਸ ਤੋਂ ਬਾਅਦ ਤੁਹਾਨੂੰ ਕਰਕੇ ਦਿਖਾਊਂਗਾ ਵੀ ਐਲਮੀਨੀਅਮ ਦੀ ਰਾਡ ਨੂੰ ਅਸੀਂ ਜਿਹੜਾ ਹੈਗਾ ਉਹ ਵਿਮ ਦੇ ਨਾਲ ਉਹ ਕਿਰਿਆ ਕਰਕੇ ਦਿਖਾਵਾਂਗੇ, ਤੁਹਾਨੂੰ ਉਹ ਕਾਲਾ ਹੋ ਜੂਗਾ ਤਾਂ ਉਹ ਸਵਾਹ ਬਣੂਗੀ। ਇੱਕ ਹੋਰ ਬੜੀ ਖਾਸ ਗੱਲ ਹੁੰਦੀ ਹੈ ਕਿ ਪਾਣੀ ਮਿੱਠਾ ਹੋ ਜਾਂਦਾ, ਪਾਣੀ ਮੰਗਾਉਂਦੇ, ਪਾਣੀ ਦੇ ਉੱਤੇ ਹੱਥ ਧਰਦੇ ਹੈ ਅਤੇ ਕਹਿੰਦੇ ਆ ਕਿ ਅਸੀਂ ਇਹਦੇ 'ਚ ਕੁਛ ਬਚਨ ਪੜ੍ਹੇ ਹੈ, ਕੁਛ ਬੋਲੇ ਇਹਦੇ ਵਿੱਚ ਪੜ੍ਹ ਕੇ, ਅਤੇ ਪਾਣੀ ਮਿੱਠਾ ਹੋਊ ਤੁਸੀਂ ਪੀਓ। ਇਹ ਵੀ ਬਾਬੇ ਚਮਤਕਾਰ ਕਰਦੇ, ਉਹਦਾ ਕੀ ਕਾਰਨ ਹੁੰਦਾ ਪਾਣੀ ਜਿਹੜਾ ਮਿੱਠਾ ਹੋ ਜਾਂਦਾ ਆਪਣੇ ਆਪ? ਜਿਹੜਾ ਪਾਣੀ ਹੈ ਨਾ ਜੀ, ਉਹ ਇਸ ਤਰ੍ਹਾਂ ਕੋਈ ਨਹੀਂ ਮਿੱਠਾ ਹੋਇਆ ਕਰਦਾ ਵੀ ਜਦ ਤੱਕ ਉਹਦੇ ਵਿੱਚ ਚੀਨੀ ਨਾ ਮਿਲਾਈ ਜਾਵੇ, ਪਰ ਉਹ ਤੁਹਾਡੀ ਮਤਲਬ ਵੀ ਮਨੋਵਿਗਿਆਨ ਨੂੰ ਪੜ੍ਹ ਲੈਂਦੇ ਆ। ਜੇ ਤੁਹਾਨੂੰ ਮੈਂ ਕਹਾਂ ਵੀ ਆਹ ਚੀਜ਼ ਮਿੱਠੀ ਹੈ ਤੂੰ ਖਾ ਕੇ ਦੇਖ, ਤੈਨੂੰ ਮਿੱਠੇ ਦਾ ਸਵਾਦ ਆਊਗਾ, ਤਾਂ ਤੁਹਾਨੂੰ ਆਟੋਮੈਟਿਕਲੀ ਲੱਗਣ ਲੱਗ ਪੈਂਦਾ ਵੀ ਹਾਂ ਵੀ ਮਿੱਠਾ ਜਾ। ਜੇ ਮੈਂ ਪਹਿਲਾਂ ਹੀ ਕਹਿੰਦਾ ਵੀ ਇਹ ਕੌੜਾ ਹੈ, ਤੁਸੀਂ ਕਹੋ ਜੀ ਕੌੜਾ ਹੈ, ਤੁਹਾਨੂੰ ਆਪਣੇ ਆਪ ਹੀ ਤੁਹਾਡੀ ਜੀਭ ਹੈ ਜਿਹੜੀ ਉਸ ਤਰ੍ਹਾਂ ਦੇ ਸਵਾਦ ਨੂੰ ਮਹਿਸੂਸ ਕਰਨ ਲੱਗ ਜਾਂਦੀ ਹੈ। ਇੱਕ ਤਾਂ ਇਹ ਇਹਦੇ ਵਿੱਚ ਪੁਆਇੰਟ ਹੋਇਆ ਕਰਦਾ, ਦੂਸਰਾ ਪੁਆਇੰਟ ਇਹ ਹੋਇਆ ਕਰਦਾ ਵੀ ਉਹ ਜਿਹੜਾ ਪਾਣੀ ਹੈ ਉਸ ਦੇ ਵਿੱਚ ਥੱਲੇ ਦੇ ਵਿੱਚ ਪਹਿਲਾਂ ਹੀ ਉਹ ਜਿਹੜੀ ਚੀਜ਼ ਹੈ ਉਸ ਨੂੰ ਮਿਕਸ ਕਰਕੇ ਰੱਖਦੇ, ਅਤੇ ਉਸ ਦੇ ਵਿੱਚ ਉਹ ਸਵਾਦ ਹੈ ਜਿਹੜਾ ਉਹ ਤੁਹਾਨੂੰ ਉਹਦੇ ਵਿੱਚ ਪੇਸ਼ ਕਰ ਦਿੰਦੇ। ਉਹ ਇਸ ਤਰ੍ਹਾਂ ਦਾ ਕੋਈ ਵੀ ਕਾਰਨ ਨਹੀਂ ਹੈ ਵੀ ਪਿਆ ਪਿਆ ਪਾਣੀ ਹੈ ਜਿਹੜਾ ਉਹਨੂੰ ਮਿੱਠਾ ਕੀਤਾ ਜਾ ਸਕੇ। ਅਤੇ ਇੱਕ ਹੋਰ ਮਨੋਵਿਗਿਆਨ ਦੀ ਗੱਲ ਤੁਸੀਂ ਕੀਤੀ, ਇੱਧਰ ਨੂੰ ਆ ਜਾਓ ਥੋੜ੍ਹਾ ਜਿਹਾ, ਕਿ ਇੱਕ ਬਾਬੇ ਗੱਲ ਕਰਦੇ ਹੁੰਦੇ ਆ ਕਿ ਨੌਂ ਦੇ ਵਿੱਚ ਇੱਕ ਨਾ ਬੰਦਾ ਦਿਖ ਜਾਂਦਾ, ਹਾਂ ਉਹ ਦੱਸੋ ਕਿ ਨੌਂ ਦੇ ਵਿੱਚ ਸੱਚੀ ਕੋਈ ਸਕਰੀਨ ਲੱਗੀ ਹੋਈ ਹੈ ਜਿਹੜੀ ਨੌਂ ਦੇ ਵਿੱਚੋਂ ਬੰਦਾ ਨਿਕਲ ਜਾਂਦਾ? ਨਹੀਂ ਨਹੀਂ, ਇਹ ਨੌਂ ਦੇ ਵਿੱਚ ਬੰਦਾ ਨਹੀਂ ਦਿਸਦਾ ਹੈ, ਐਂ ਤਾਂ ਮੈਂ ਤੁਹਾਨੂੰ ਅੱਜ ਤੁਹਾਡੇ ਸਾਹਮਣੇ ਇੱਥੇ ਰੱਬ ਦਿਖਾ ਸਕਦਾ, ਪਰ ਉਹ ਕੈਮਰੇ 'ਚ ਨਹੀਂ ਦਿਸ ਸਕਦਾ, ਤੁਸੀਂ ਆਪਣੀਆਂ ਅੱਖਾਂ ਨਾਲ ਦੇਖ ਸਕਦੇ ਹੋ। ਤੁਸੀਂ ਕਹੋਗੇ ਜੀ ਉਹ ਸਾਹਮਣੇ ਫੋਟੋ, ਕਿ ਕਾਰਨ ਕੀ ਹੈ, ਇਹਦੇ ਪਿੱਛੇ ਵਿਗਿਆਨ ਕੀ ਹੈ? ਵਿਗਿਆਨ ਇਹ ਹੈ ਕਿ ਜਿਹੜੇ ਨੌਂ ਦੇ ਉੱਤੇ ਤੁਹਾਨੂੰ ਦਿਖਾਇਆ ਜਾਊਗਾ ਉਹ ਪਹਿਲਾਂ ਤੁਹਾਨੂੰ ਇੱਕ ਫੋਟੋ 'ਤੇ ਕੇਂਦਰਿਤ ਕੀਤਾ ਜਾਊਗਾ ਵੀ ਇਸ ਫੋਟੋ ਕੰਨੀ ਝਾਕੋ, ਤੁਸੀਂ 30 ਸਕਿੰਟ ਤੱਕ ਕਿਸੇ ਵੀ ਚੀਜ਼ ਵੱਲ ਝਾਕੋਗੇ, ਜੇ ਉਹ ਚੀਜ਼ ਕਾਲੇ ਰੰਗ ਦੀ ਹੈ ਤਾਂ ਨੌਂ ਦੇ ਵਿੱਚੋਂ ਤੁਹਾਨੂੰ ਚਿੱਟੇ ਰੰਗ ਦੀ ਦਿਸਣ ਲੱਗ ਜੂਗੀ, ਜਿਹਨੂੰ ਅਸੀਂ ਕਹਿੰਦੇ ਨੈਗੇਟਿਵ ਪੋਜ਼ਿਟਿਵ ਬਣ ਜਾਂਦੇ।
नैगेटिव देखे ना तुम पहले अपन जिम्मे फोटो तैयार होंदिया सूँ काले रंग की तो चीज़ दिखाएंगे काला रंग अंदर अबजॉर्व होजूगा तो अखों के रैटीना रैटीना के उत्ते तो वह जो तुम किसी भी चिट्टी जगह पर नो ही नहीं कितने भी चिट्टी जगह पर कोई चिट्टा कागज़ लै लो कोई चिट्टी कंध लै लो जिथे देखोगे वो फोटो तो फिर नज़र आऊगी। इस तरह के नाल जी है उन्हां दी करामात हुंदी है पर इहदे पिछे विज्ञान है भी साडियां अक्खां दे उत्ते जिहड़ा भी प्रतिबिंब बणदा है वह एक बटा सोलहवें भाग तक सकिंट के एक बटा सोलहवें हिस्से तक वह रहिंदा ही रहिंदा है। जे उहनूं ज़्यादा देर तक रखांगे वह ज़्यादा देर तक रहूगा तो वह उस तो बाद तुसीं उसनूं दुबारा देख सकदे हो कुछ टाइम के लिए सदा लई नहीं हो सकता कि अक्खां सामने भी बंदा ना हो ख्यालां च हो ख्यालां तो नौ दे विच जां साडे दिमाग दे विच आ के ख्यालों तो नहीं नो इस तरह आ सकता जब तक वो किसी भी फोटो नहीं देखूगा ना उदों तक नहीं उहदे अंदर आ सकता उहदे अखां दे विच फोटो नहीं बनूगी। अखां दे विच फोटो तो बनाना जरूरी है हो सकता है उस बाबे ने अपने सामने कोई चीज़ ऐसी रखी होवे तो उसनू कह रहा होवे भी इधर देख ते तेरे अंदर आ चल रहा है तो उहदे अंदर की चलूगा जिसनू वो देख रहा उही चलूगा ना उही चलूगा उहदे अंदर उहदे सामने जब असीं फोटो रखती उसनू देख रहा है उसनू देखते देखते ही उसके अंदर वो उन्नी देर लई फोटो बन गई वो फोटो फिर तुहानू इत्थे नज़र आऊगी तुसीं आप खुद भी मैं इत्थे माफ़ी चाहूँगा भी मैं कैमरे च नहीं इहनू दिखा सकदा हाँ तुसीं मेरे कोल आ जाओ तुहानू मैं दिखा दूंगा ये चीज़ तुसीं अपनी अखां नाल देख सकते हो कैमरा उस चीज़ नू नहीं दिखा सकता। जे वो चीज़ इस तरह है तो बाबे नाल शर्त ला लो भी बाबे ठीक है तेरी गल मनदे आ भी ये तू कर लैना चल मेरे कैमरे च दिखा दे साडे कैमरे च वो चीज़ नहीं आऊगी यही विज्ञान है यही विज्ञान है यही विज्ञान है क्योंकि कैमरे के जिहड़ी फोटो है ना जी वह इस हिस्से तक नहीं रह सकती साडी अख दे विच ऐसा सिस्टम है भी उसनू अबजॉर्व कर लैंदा कैमरा अबजॉर्व नहीं करता कैमरा एक बार खिंच के उन्हें रख लूगा इस करके उहदे च दिसदी नहीं है जानी भूत प्रेत ये सब कुछ होंदा सारा कुछ जिहड़ियां चीज़ां ना जी ये मनोघड़त गल्लां ये लोगों को भरमाउण दीआं गल्लां लोगों को फसाउण दीआं गल्लां जे लोगों को तुसीं इस तरह किसी पासे नहीं लाओगे तुहाडे पिछे किवें आणगे। एक सर बड़ी खास गल तुसी मेरे नाल कैमरे तो पिछे कर रहे सी कि शरीर के अंदर साडी इक एनर्जी काम करती है जिन्ना टाइम एनर्जी है उन्ना टाइम साडे सांह चलते हैं हथ पैर चलते हैं तो एनर्जी तुसी ये भी कह रहे सी कि खत्म नहीं होंदी ट्रांसफर हो जाती एक जगह तो दूसरी जगह पर फिर जे असी साडे शरीर की गल करिए साडे शरीर दे विच इक एनर्जी काम करती है ठीक है जी जदों असी साडी मौत होंदी है तो फिर वो एनर्जी कित्थे जाती है। हाँ बिल्कुल ये बहुत तुहाडा एक बहुत ही आला क्वेश्चन है कि साडा शरीर है जिहड़ा ये ऊर्जा ते काम कर रहा है ये शरीर है जिहड़ा जदों इस दे विच ऊर्जा इकट्ठी है तो इन्हें काम करते रहना। देखो जे आपां कहने भी बीमार हो गया मैं मैनूं बुखार चढ़ गया तो फिर वो बंदा कह रहा हुंदा भी मेरे तो नहीं उठाया जांदा मंजे तो गल की है कि उसके शरीर के ऊर्जा की कमी हो गई है इस करके उठ नहीं पा रहा तो उसनू असी इंस्टेंट एनर्जी दिंदे आ जिहनूं कहिंदे आ जी बोतल ला दो ग्लूकोज ला दो तो ग्लूकोज की है चीनी दे विच सानूं फटाफट एनर्जी मिलती है तुसीं देखिया होगा भी जे कहिंदे जी कोई बेहोश होकर भी डिग्गिया उसनू बाद दे विच तुसीं ग्लूकोज वाला पानी पियाओ इमीजिएट नहीं थोड़े चिर बाद जदों होश च आ जाए होश जदों बेहोश है उदों कोई भी चीज़ पानी वाली मूँह च नहीं पानी चाहिए वो कितने भी नुकसानदायक हो सकती है जदों थोड़ा जिहा भी होश च आंदा है माड़ा जिहा भी उसनू तुसीं जदों कोई ग्लूकोज की चीज़ दोगे उहदे च ऊर्जा आ जाती है फिर एकदम ठीक हो जाता तो हुण गल की है भी वो जिहड़ी ऊर्जा सी साडी वह जिसनू कहिंदे भी साडे प्राण निकल गए तो वो जिहड़े प्राण है वो ऊर्जा ही बाहर गई है बस साडी बस वो ऊर्जा दा ट्रांसफॉर्मेशन होगी वो होर कितें चली गई है। हुण विज्ञानी इस चीज़ को लभ रहे हैं भी वो ऊर्जा गई कितने एक विज्ञानी करिश्मा होया कि उन्होंने देखा भी एक बंदा मरण के किनारे है तो उस बंदे दे आले दुआले कच का एक बनाया गया शीशे दे मतलब भी उहदी बाउंड्री बनाई गई कि देखते हैं भी इस दे विच्चों जिहड़ी है वह ऊर्जा निकलती है जिहड़ी मरण लग्या तो वह किहड़ी चीज़ निकलती है की चीज़ निकलती है तो उत्थे ये देखा गया कि वह शीशा जदों वह बंदे दे विच्चों ऊर्जा बाहर जा रही सी जिवें आपां हुणे एक प्रयोग करके देख रहे सी कि गुब्बारे नूं रगड़ रहे सी ते गुब्बारा फट गया सी इस तरह ही वह शीशा चकनाचूर हो गया टुट गया तो इसका मतलब वह ऊर्जा जिहड़ी है वह बाहर निकल के गई है तो इतों सानू पता लग्या विज्ञानियों नूं भी अंदरों शरीर के विचली जिहड़ी ऊर्जा सी वो बाहर चली गई हुण जिहड़ा शरीर है काम करनों बंद हो गया तो असीं कहिंदे मर गया आ कारण है होर कोई कारण नहीं है ऊर्जा ना पैदा हुई है ना खत्म की जा सकती है बदलिया जा सकता इहनूं एक किस्म तो दूजे किस्म कहिंदे जी हुण ये ऊर्जा उत्थे चली गई होर कोई रूप धारण करके फिर आजूगी तो इस तरह ही मनुखां दे जिहड़े शरीर है वह बनते जा रहे हैं। सो सर जसविंदर जी दियां इह गल्लां ने बड़ियां खास बहुत इंटरव्यू खत्म करन नूं दिल नहीं कर रहा जी करदा कि गल्लां होर करी जाइए बहुत क्योंकि जिहड़ी गल इह करदे तर्क नाल करदे लॉजिक नाल करदे साइंस दसदे पिछे जिवें इन्हां ने दस्सिया कि मौत हुंदी है उहदे च साडी ऊर्जा खत्म हुंदी है ऊर्जा एक जगह तो दूजी जगह जा सकदी है तो ऊर्जा ही ऊर्जा नाल ही साडा शरीर काम करदा है तो बहुत सारिया पखंडी बाबिआं दीआं वी पोलां इन्हां ने खोलियां तो प्रैक्टिकल भी कुछ करके दिखाए उम्मीद है गलबात पसंद
पसंद आई होगी। जुड़े रहो खबरी डाके के नाल। मैंने मनी प्रवेज नूं दिओ इजाजत। धन्यवाद।